ਜੀ ਵੀਰੇ ਠੀਕ ਆ ਇਹਨੂੰ ਤੁਸੀਂ ਕਹਿੰਦੇ ਹੋ ਵੀ ਅੱਲਾ ਲਿਖਿਆ ਹੋਇਆ ਇੱਧਰ ਵੀ ਆ ਕੇ ਦਿਖਾ ਵੀਰੇ ਉੱਧਰ ਦੀ ਦਿਖਾ ਪਈ ਇੱਧਰ ਦੀ ਆ ਸਿੱਧਾ ਬਣੂਗਾ ਹਾਂ ਇੱਧਰ ਠੀਕ ਆ ਲੈ ਇਹਨੂੰ ਤੁਸੀਂ ਕਹਿੰਦੇ ਹੋ ਵੀ ਅੱਲਾ ਲਿਖਿਆ ਹੋਇਆ ਹਾਂ ਠੀਕ ਐ ਤੇ ਮੁਹੰਮਦ ਮੁਹੰਮਦ ਆਤੀ ਵੀਰੇ ਇਹਨੂੰ ਇੱਧਰੋਂ ਦਿਖਾਇਆ ਜਾਊਗਾ ਨਹੀਂ ਇੱਧਰ ਹੀ ਜੀ ਇਹ ਇੱਧਰ ਹੀ ਮੀਮ ਠੀਕ ਆ ਹਾਂ ਮੀਮ ਦਾ ਏ ਬਾਈ ਤੁਸੀਂ ਆਪ ਕਹਿਨੋ ਕਿ ਜਾਂ ਕਿਸੇ ਨੇ ਪੜਿਆ ਵੀ ਹੈ ਨਹੀ ਜੀ ਬਹੁਤ ਬੰਦੇ ਆ ਗਏ ਸਾਡੇ ਲੈ ਕੇ ਕਿ ਕਿਸੋਂ ਕਿਥੋਂ ਦੇ ਕਸ਼ਮੀਰ ਤੋਂ ਇਮਾਮ ਸਾਹਿਬ ਨੇ ਆਪਣੇ ਉਹ ਮਸਜਿਦ ਦੇ ਵਿੱਚ ਰਹਿੰਦੇ ਨੇ ਉਹ ਵੀ ਪੜ ਕੇ ਗਏ ਨੇ ਤੇ ਆਪਣੇ ਹਾਜੀ ਜੀ ਆਏ ਸੀ ਮਲੇ ਕੋਲਲਾ ਤੋਂ ਉਹ ਕੀਮਤ ਵੀ ਲੈ ਕੇ ਗਏ ਤੇ ਆਪਾਂ ਨੂੰ ਜੀ ਪਿਛਲੀ ਵਾਰ ਉਹ ਤੋਂ 2 ਦੰਦ ਦਾ ਬੱਚਾ ਸੀ ਕਿੰਨੀ ਕ 5 ਲੱਖ ਰੁਪਏ ਲਾ ਕੇ ਗਏ ਠੀਕ ਪੱਕੀ ਗੱਲ ਪੱਕੀ ਗੱਲ ਜੀ ਕੀ ਹੈ ਵੀਰੇ ਵਿੱਚ ਹੁਣ ਹੋਰ ਵੀ ਕਹਿੰਦੇ ਨੇ ਅਗਲਾ ਕਹਿੰਦਾ ਉਹੀ ਮਾਰੀ ਜਾਂਦੇ ਨੇ ਯਾਰ ਕਿੱਥੇ ਲਿਖਿਆ ਇਹ ਤੇ ਕੀ ਲਿਖਿਆ ਯਾਰ ਅਸੀਂ ਪ੍ਰੂਫ ਕਰਨ ਨੂੰ ਤਿਆਰ ਆਂ ਜੀ ਕੋਈ ਮਰਜ਼ੀ ਜਿੰਨਾ ਮਰਜ਼ੀ ਪੜਿਆ ਹੋਇਆ ਬੰਦਾ ਲੈ ਕੇ ਆਵੇ ਜੀ ਅਸੀਂ ਦਿਖਾਉਣ ਨੂੰ ਤਿਆਰ ਆਂ ਪੱਕੀ ਗੱਲ ਪੱਕੀ ਗੱਲ ਹੈ ਜਮਾ ਕਮੈਂਟਾਂ ਦੇ ਵਿੱਚ ਵੀ ਲੋਕ ਕਹਿੰਦੇ ਨੇ ਵੀ ਉਹੀ ਬੋਲੀ ਜਾਂਦੇ ਨੇ ਉਹੀ ਬੋਲਣ ਵਾਲੇ ਗੱਲ ਨੇ ਵੀਰੇ ਆਪਣਾ ਚੈਨਲ ਜਗਾ ਜਿਹੜੇ ਮਰਜ਼ੀ ਜਿੰਨੇ ਮਰਜ਼ੀ ਪੜੇ ਹੋਏ ਬੰਦੇ ਨੂੰ ਹਾਜੀ ਨੂੰ ਲਿਆ ਉਹਨੂੰ ਕੋਈ ਦਿੱਕਤ ਨਹੀਂ ਹੈਗੀ ਆਪਾਂ ਨੂੰ ਵੀ ਜਮਾ ਪ੍ਰੂਫ ਆ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਅੱਜ ਪਿੰਡ ਨੀਲੋਵਾਲ ਜ਼ਿਲ੍ਹਾ ਸੰਗਰੂਰ ਦੇ ਵਿੱਚ ਆਪਾਂ ਖੜੇ ਆਂਗੇ ਗੱਲਬਾਤ ਜਿਹੜੀ ਬਹੁਤ ਵਧੀਆ ਹੋਣ ਵਾਲੀ ਐ ਤੁਹਾਨੂੰ ਆਪਾਂ ਖਸੀ ਬੱਕਰਾ ਵੀ ਦਿਖਾਉਣਾਗਾ ਜੋ ਕਿ ਪਾਈਆਂ ਨੇ ਬਹੁਤ ਵਧੀਆ ਤਿਆਰ ਕੀਤਾ ਇਹਦੀ ਮਾਂ ਤੋਂ ਲੈ ਕੇ ਸਾਰਾ ਕੁਝ ਤੁਹਾਨੂੰ ਦਿਖਾਉਣ ਜਾ ਰਹੇ ਆਪਾਂ ਵੀ ਕਿਵੇਂ ਬੱਕਰਾ ਤਿਆਰ ਕੀਤਾ ਕਿਹੜੀ ਬੱਕਰੀ ਆ ਦੇਖੋ ਆ ਬੱਕਰੀ ਐ ਇਹ ਬੱਕਰੀ ਹੈ ਜਿਹੜੀ ਇਸ ਬੱਕਰੇ ਦੀ ਮਾਂ ਤੁਸੀਂ ਰਿਜ਼ਲਟ ਦੇਖੋ ਵੀ ਸਾਰੀ ਤੁਹਾਨੂੰ ਗੱਲਬਾਤ ਹੈ ਜਿਹੜੀ ਵੀਡੀਓ ਵਿੱਚ ਹੀ ਦੱਸਾਂਗੇ ਬੱਕਰੀ ਦੇ ਵਿੱਚ ਹੋਰ ਵੀ ਖਾਸੀਅਤਾਂ ਲੱਗੀਆਂ ਉਹ ਵੀ ਤੁਹਾਨੂੰ ਸਾਰੀਆਂ ਦੱਸਾਂਗੇ ਵੀ ਪ੍ਰੋਪਰ ਗੱਲਬਾਤ ਕੀ ਹੈ ਕਿਵੇਂ ਤਿਆਰ ਕੀਤਾ ਗਿਆ ਬਾਈਆਂ ਨੇ ਬਾਈ ਸਵਾਗਤ ਹੈ ਸਵਾਗਤ ਹੈ ਬਾਈ ਠੀਕ ਹੈ ਹਾਂਜੀ ਵੀਰੇ ਵਧੀਆ ਗੱਲਬਾਤ ਆ ਹਾਂਜੀ ਹਾਂਜੀ ਠੀਕ ਆ ਪਹਿਲਾਂ ਤਾਂ ਮੈਨੂੰ ਐ ਦੱਸੋ ਤੁਸੀਂ ਮੈਨੂੰ ਕਿਹਾ ਵੀ ਆਹ ਬੱਕਰੀ ਹੈ ਜਿਹੜੀ ਇਸ ਦਾ ਇਹ ਬੱਕਰਾ ਹਾਂਜੀ ਪੱਕੀ ਗੱਲ ਐ ਇਹ ਜਮ ਹਾਂਜੀ 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 ਠੀਕ ਐ ਬੱਕਰੀ ਦਾ ਕੀ ਰਿਕਾਰਡ ਆ ਕੈ ਕਿ ਸੂਏ ਲੈ ਲੈ ਤੋਂ ਬੱਕਰੀ ਵੀਰੇ ਇਹ 6 ਸੂਏ ਹੋਗੇ 6 ਸੂਏ ਹਾਂ ਤੁਹਾਡੇ ਕੋਲ ਕਿੰਨੇ ਹੋਗੇ ਸਾਡੇ ਲਵੇ ਇਹ 5 5 ਸੂਏ ਹੋਗੇ ਤੁਹਾਡੇ ਕੋਲ 5ਵੇਂ ਦਾ ਮਤਲਬ ਗੱਬਣ ਹੋ ਰਹੀ ਐ ਇਹ ਅੱਛਾ ਹਾਂ 4 ਸੂਏ ਸਾਡੇ ਲਵੇ ਦੇਗੀ ਇਹਦਾ ਕਿਵੇਂ ਰਿਕਾਰਡ ਰਿਆਗਾ ਰਿਕਾਰਡ ਬਹੁਤ ਵਧੀਆ ਵੀਰੇ ਸਾਡੇ ਤਿੰਨ ਲੀਟਰ ਦੁੱਧ ਐ ਥੱਲੇ ਇਹ ਥੱਲੇ ਇਹਦੇ ਥੱਲੇ ਕਰੇ ਰੱਖ ਕੇ ਕਰੇ ਰੱਖ ਕੇ ਕਿਹੜੀ ਖਰਾਕ ਦੇ ਨਾਲ ਸੰਨੀ ਤੇ ਲਾਏ ਨੇ ਵੀਰੇ ਪਸ਼ੂ ਆਪਣੇ ਅੱਛਾ ਹਾਂ ਬੱਕਰੀ ਦੇ ਕੱਦ ਦੀ ਗੱਲ ਕਰੀਏ ਮਸਾ 35 ਤੋਂ 36 ਇੰਚੋ ਹਾਂ ਹਾਂ ਵੀਰੇ 36 ਇੰਚ ਕੱਦ ਦਾ ਇਹਦਾ ਠੀਕ ਹੈ ਹਾਂ ਠੀਕ ਹੈ ਇਹ ਬੱਕرائی ਦਾ ਕਹਿੰਦੇ ਹੋ ਤੁਸੀਂ ਬੱਕਰਾ ਇਹਦਾ ਵੀਰੇ ਠੀਕ ਹੈ ਇਹਦਾ ਕੱਦ ਕਿੰਨਾ ਹੋਊਗਾ ਹੁਣ ਮੌਕੇ ਇਹਦਾ 44 ਇੰਚ ਕੱਦ ਦਾ ਵੀਰੇ ਹਣ ਜਮਾ 44 ਇੰਚ ਹਾਂ ਵੀਰੇ ਠੀਕ ਹੈ 44 ਇੰਚ ਦਾ ਖਸੀ ਬੱਕਰਾ ਤਿਆਰ ਕੀਤਾ ਬਾਈ ਇਹ ਤੁਹਾਡੇ ਕੋਲੇ ਆਪਣੇ ਕੋਲੀ ਦਾ ਆਪਣੇ ਲੈਵੇ ਹਾਂਜੀ ਠੀਕ ਹੈ ਦੰਦਾਂ ਦਾ ਕਿਵੇਂ ਹੋ ਗਿਆ ਇਹ 6 ਦੰਦ ਹੋ ਗਏ ਜੀ 6 ਦੰਦ ਤੇ ਫੇਰ ਇੱਕ ਹੈ ਦੱਸੋ ਵੀ ਇਹ ਬੱਕਰਾ ਖਸੀ ਤਿਆਰ ਕਿਵੇਂ ਕੀਤਾ ਤੁਸੀਂ ਤਿਆਰ ਦਾ ਵੀਰੇ ਸੰਨੀ ਵਾਲਾ ਪਸ਼ੂ ਵੱਧ ਤਿਆਰ ਹੁੰਦਾਗਾ ਸੰਨੀ ਦੇ ਸੋਲਿਆਂ ਦਾ ਸਿਲਕਾ ਹੋ ਗਿਆ ਆਪਣਾ ਤੇ ਮੱਕੀ ਦਾ ਦਲਡਫੜ ਹੋ ਗਿਆ ਜਿਉਂ ਹੋ ਗਏ ਕਿਵੇਂ ਪਾਉਨੇ ਹੋ ਬਸ ਉਹ ਸਵੇਰੇ ਇਹਨਾਂ ਨੂੰ ਅਸੀਂ ਸੋਲਾਂ ਦੇ ਸਿਲਕੇ ਦੇ ਵਿੱਚ ਰਲਾ ਕੇ ਪਾਉਨੇ ਨੇ ਉਹ ਕੇਰਾ ਠੀਕ ਹੈ ਸਵੇਰੇ ਉਸ ਤੋਂ ਬਾਅਦ ਇਹਨਾਂ ਨੂੰ 2 3 ਘੰਟੇ ਬਾਅਦ ਕੱਖ ਪਾਉਨੇ ਆ ਅਸੀਂ ਠੀਕ ਹੈ ਹਾਂ ਪਹਿਲਾਂ ਇਹਨਾਂ ਨੂੰ ਸਵੇਰੇ ਇਕੱਲੇ ਦਾਣੇ-ਦਾਣੇ ਪਾਉਨੇਗੇ ਕਿੰਨੇ ਕ ਸਮੇਂ ਬਾਅਦ ਇਹਨੂੰ ਸੰਨੀ ਦੀ ਤੇ ਲਾਤਾ ਸੀਗਾ ਸੰਨੀ ਤੇ ਇਹ ਵੀਰੇ ਲਾ ਦਦੇ ਪਹਿਲਾਂ ਤਾਂ ਦੁੱਧ ਦੀ ਰਿਹਾ ਸੀ 3 ਮਹੀਨੇ 3 ਮਹੀਨੇ ਤੋਂ ਬਾਅਦ ਸੰਨੀ ਤੇ ਲਾ ਗਏ ਸੀ ਹਾਂ 3 ਮਹੀਨੇ ਬਾਅਦ ਸੰਨੀ ਤੇ ਲਾਇਆ ਪਹਿਲਾਂ ਤਾਂ ਇਹ ਦੁੱਧ ਦੀ ਰੱਖਿਆ ਠੀਕ ਹੈ ਬਈ ਬੱਕਰਿਆ ਦੇਖੋ ਵੀ ਇਹੋ ਜਿਹੇ ਬੱਕਰੀਆ ਜਿਹੜੇ ਬਹੁਤ ਘੱਟ ਬੰਦਿਆਂ ਤਿਆਰ ਕਰਦੇ ਨੇ ਕਿ ਮੰਨ ਕੇ ਚਲੋ ਵੀ ਜਿਆਦਾਤਰ ਦੇਖਿਏ ਬੰਬੇ ਦੇ ਵਿੱਚ ਕਿ ਨਾ ਵੀਡੀਓ ਦੇ ਵਿੱਚ ਦਿਖਾਉਂਦੇ ਹੁੰਦੇ ਨੇ ਬਾਈ ਵੀ ਹਾਂ ਆ ਦੇਖੋ ਸਾਡਾ ਬੱਕਰਾ ਤਿਆਰ ਕੀਤਾ ਹੋਇਆ ਇਹ ਦੇਖੋ ਤੁਸੀਂ ਬਹੁਤ ਵਧੀਆ ਤਿਆਰ ਕਰਿਆ ਹੋਇਆ ਇੱਕ ਖਾਸियत ਹੋਰ ਵੀ ਹੈ ਤੇ ਵਿੱਚ ਗੱਲਬਾਤ ਦਿਖਾਉਣਗੇ ਤੁਹਾਨੂੰ ਵੀ ਕੀ ਆ ਬਾਈ ਕਹਿੰਦੇ ਇਹਦੇ ਉੱਪਰ ਲਿਖਿਆ ਹੋਇਆ ਹੈ ਅੱਲਾ ਤੇ ਹੋਰ ਵੀ ਮੁਹੰਮਦ ਹਾਂਜੀ ਅੱਲਾ ਅਤੇ ਮੁਹੰਮਦ ਦੋਏ ਚੀਜ਼ਾਂ ਇਕੱਠੀਆਂ ਲਿਖੀਆਂ ਹੋਈਆਂ ਨੇ ਇਹ ਚੀਜ਼ਾਂ ਨੇ ਜਿਹੜੀਆਂ ਕਿਸੇ ਕਿਸੇ ਜਾਨਵਰ ਦੇ ਹਿੱਸੇ ਦੇ ਵਿੱਚ ਆਉਂਦੀਆਂ ਨੇਗੀਆਂ ਬਈ ਤੁਸੀਂ ਕਹਿੰਦੇ ਹੋ ਵੀ ਅੱਲਾ ਲਿਖਿਆ ਕਿੱਥੇ ਲਿਖਿਆ ਜਾ ਮੁਹੰਮਦ ਆ ਲਿਖਿਆ ਇੱਧਰ ਲੈ ਦੇ ਅੱਲਾ ਦਾ ਲਿਖਿਆ ਹੈ ਇੱਧਰਲੇ ਪਾਸੇ ਠੀਕ ਹੈ ਇਹ ਇੱਧਰ ਦੀ ਆ ਕੇ ਦਿਖਾ ਇਹ ਤੁਸੀਂ ਆਪ ਪੜ੍ਹਦੇ ਹੋਗੇ ਇਸ ਚੀਜ਼ ਨੂੰ ਹਾਂਜੀ ਹਾਂਜੀ ਵੀਰੇ ਠੀਕ ਆ ਇਹਨੂੰ ਤੁਸੀਂ ਕਹਿੰਦੇ ਹੋ ਵੀ ਅੱਲਾ ਲਿਖਿਆ ਹੋਇਆ ਇੱਧਰ ਵੀ ਆ ਕੇ ਦਿਖਾ ਵੀਰੇ ਉੱਧਰ ਦੀ ਦਿਖਾ ਪਈ ਇੱਧਰ ਦੀ ਆ ਸਿੱਧਾ ਬਣੂਗਾ ਹਾਂ ਹਾਂ ਇੱਧਰ ਠੀਕ ਆ ਲੈ ਇਹਨੂੰ ਤੁਸੀਂ ਕਹਿੰਦੇ ਹੋ ਵੀ ਅੱਲਾ ਲਿਖਿਆ ਹੋਇਆ ਹਾਂ ਠੀਕ ਹੈ ਤੇ ਮੁਹੰਮਦ ਮੁਹੰਮਦ ਆਤੀ ਵੀਰੇ ਇਹਨੂੰ ਇੱਧਰੋਂ ਦਿਖਾਇਆ ਜਾਊਗਾ ਨਹੀਂ ਇੱਧਰ ਹੀ ਜੀ ਇਹ ਇੱਧਰ ਹੀ ਮੀਮ ਠੀਕ ਹੈ ਹਾਂ ਮੀਮ ਦਾ ਇਹ ਵੇਖੋ ਜੀ ਤੁਸੀਂ ਆਪ ਕਹਿੰਦੇ ਕਿ ਜਾਂ ਕਿਸੇ ਨੇ ਪੜਿਆ ਵੀ ਹੈ ਨਹੀਂ ਜੀ ਬਹੁਤ ਬੰਦੇ ਆ ਗਏ ਸਾਡੇ ਲੇਵਕ ਕਿਸੋਂ ਕਿਸ਼ਮੀਰ ਤੋਂ ਇਮਾਮ ਸਾਹਿਬ ਨੇ ਆਪਣੇ ਉਹ ਮਸਜਿਦ ਦੇ ਵਿੱਚ ਰਹਿੰਦੇ ਨੇ ਉਹ ਵੀ ਪੜ ਕੇ ਗਏ ਨੇ ਤੇ ਆਪਣੇ ਹਾਜੀ ਜੀ ਆਏ 3 ਮਲੇ ਕੋਲਲਾ ਤੋਂ ਉਹ ਕੀਮਤ ਵੀ ਲੈ ਕੇ ਗਏ ਤੇ ਆਪਾਂ ਨੂੰ ਜੀ ਪਿਛਲੀ ਵਾਰ ਉਹ ਤੋਂ ਦੋ ਦੰਦ ਦਾ ਬੱਚਾ ਸੀ ਕਿੰਨੀ ਕ 5 ਲੱਖ ਰੁਪਏ ਲਾ ਕੇ ਗਏ ਸੀ ਪੱਕੀ ਗੱਲ ਪੱਕੀ ਗੱਲ ਜੀ ਜਮਾ ਕਾਰਨ ਕੀ ਵੀ ਇੰਨੀ ਕੀਮਤ ਲਾਤੀ ਜਸਰ ਤੇ ਇਹੀ ਚੀਜ਼ ਦੇਖੀ ਇਹ ਤਾਂ ਇਹ ਹੀ ਚੀਜ਼ ਦੇਖੇ ਜਿਨ੍ਹਾਂ ਨੇ ਬਾਕੀ ਸਣਖਾ ਵੀ ਹੈ ਜੀ ਬੱਕਰਾ ਬੱਕਰਾ ਸੋਹਣਾ ਸਣਖਾ ਵੀ ਹੈ ਬਾਈ ਸਹੀ ਗੱਲ ਇੱਕ ਵਾਰ ਬਾਈ ਇਹਦਾ ਮੜਾ ਥੋੜੀ ਅੱਗੇ ਆ ਲੈ ਇੱਕ ਖੱਸੀ ਕਿੰਨੇ ਟਾਈਮ ਦਾ ਕਰਾਤਾ ਸੀ ਬਾਈ ਖੱਸੀ ਇਹ ਦੁੱਧ ਪਿੰਦਾ ਹੀ ਕਰਤਾ ਸੀ ਜੀ ਫੇਰ ਪਸ਼ੂ ਟੁੱਟਦਾ ਨਹੀਂ ਹੈਗਾ ਜੀ ਜੇ ਦੁੱਧ ਪਿੰਦਾ ਖੱਸੀ ਕਰ ਲਾ ਗੱਲਬਾਤ ਕਰੀਏ ਬੱਕੀ ਦਾ ਬੱਕਰੇ ਦਾ ਰਿਕਾਰਡ ਕਿਵੇਂ ਰਿਹਾਗਾ ਇਹਦਾ ਪ੍ਰਕਾਰਤਾ ਬਹੁਤ ਵਧੀਆ ਰਹੇ ਜਿਵੇਂ ਵੇਟ ਦਾ ਕਰੀਏ ਵੇਟ ਮੁਕਾਬਲੇ 'ਚ ਵੀ ਪਾਇਆ ਸੀ ਜਿਹੇ ਲੰਗੋ ਵਾਲੋਂ ਚੌੜ-ਚੌੜ 'ਚ ਲੈ ਗਏ ਸੀ ਅੱਛਾ ਦੋ ਦੰਦ ਦੇ ਵਿੱਚ ਇਹਦੇ 75 ਕਿਲੋ ਵੇਟ ਦਾ ਫਸਟ ਆਇਆ ਸੀ ਇਹ ਅੱਛਾ ਹਾਂਜੀ ਹੁਣ ਮੌਕੇ ਦਾ ਕਿੰਨਾ ਕੁ ਹੋ ਸਕਦਾ ਹੁਣ 1 ਕੁਇੰਟਲ ਤੋਂ ਪਾਰ ਆ ਜੀ 1 ਕੁਇੰਟਲ ਤੋਂ ਪਾਰ ਹਾਂਜੀ ਠੀਕ ਹੈ ਤੁਸੀਂ ਫਿਰ ਇਹਦਾ ਵਪਾਰ ਵੀ ਕਰਦੇ ਹੋ ਵਪਾਰ ਵੀ ਕਰ ਲਾਣੇ ਆ ਜੀ ਠੀਕ ਹੈ ਕਦੋਂ-ਕਦੋਂ ਕਰ ਰਹੇ ਹੋਗੇ ਵਪਾਰ ਵੈਸੇ ਤਾਂ ਆਪਾਂ ਮੱਜਾਂ ਦਾ ਵਪਾਰ ਕਰਦੇ ਆਂ ਜੀ। ਹਮਮ। ਮਤਲਬ ਵੇਚ ਦੀ ਲੈ ਵੀ ਆਉਣਾ ਕੋਈ ਪਸ਼ੂ ਮਿਲ ਜਾਂਦਾ ਰੇਟ ਨਾਲ ਮਿਲ ਜਾਂਦਾ ਤਾਂ ਲੈ ਲੈਣਾ ਜੀ ਤੁਰਦੇ ਫਿਰਦੇ ਨੂੰ ਮਿਲ ਜਾਂਦਾ। ਠੀਕ ਹੈ। ਹਾਂਜੀ। ਤੇ ਜਦੋਂ ਤੁਸੀਂ ਕਹਿਣਗੇ ਵੀ ਇੱਥੇ 5 ਲੱਖ ਰੁਪਈਆ ਲੱਗੇ ਜੀ ਦਿੱਤਾਗਾ ਤੁਹਾਨੂੰ ਨੀਗਾ ਹੈ। ਨਹੀਂ ਦਿੱਤਾ ਨਹੀਂ ਹੈਗਾ ਜੀ ਹਲੇ ਸਾਨੂੰ ਪਤਾ ਜੀ ਇਹਦੀ ਕੀਮਤ ਦਾ ਦੇਖੋ ਇਹਦੀ ਕੋਈ ਕੀਮਤ ਨਹੀਂ ਹੈਗੀ ਜੀ। ਨਾ ਆਪਾਂ ਇਹਦਾ ਕੋਈ ਮੰਗ ਸਕਦੇ ਆਂ ਜੀ। ਹਮ। ਇਹਦਾ ਜੀ ਜਿਹੜਾ ਅੱਲਾ ਨੂੰ ਚਾਹਣ ਵਾਲਾ ਬੰਦਾ ਉਹੀ ਖਰੀਦੂਗਾ ਇਹਨੂੰ ਠੀਕ ਹੈ ਵੀ ਹੋਰ ਹਰੇਕ ਨਹੀਂ ਖਰੀਦਦਾ ਹਰੇਕ ਬੰਦਾ ਨੇ ਇਹਨੂੰ ਖਰੀਦਦਾ ਹੈ ਠੀਕ ਹੈ ਤੁਹਾਨੂੰ ਪਤਾ ਸੀਗਾ ਇਹ ਬੱਚੇ ਨੇ ਛੋਟੇ ਕਰੀਏ ਮਤਲਬ ਸਾਡੇ ਆਪਣੇ ਘਰੇ ਜਨਮ ਲਿਆ ਵੀਰੇ ਸਾਰੀਆਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀਆਂ ਫੋਟਾਂ ਪਈਆਂ ਨੇ ਆਪਣਾ ਠੀਕ ਹੈ ਉਦੋਂ ਪਤਾ ਲੱਗਿਆ ਸੀਗਾ ਤੁਹਾਨੂੰ ਛੋਟੇ ਵੀ ਨਹੀਂ ਆ ਨਈ ਆਪਾਂ ਨੂੰ ਉਦੋਂ ਨਹੀਂ ਪਤਾ ਲੱਗਿਆ ਫਿਰ ਕਦੋਂ ਪਤਾ ਲੱਗਿਆ ਸਾਨੂੰ ਤਾਂ ਇਹਦਾ ਪਿਛਲੀ ਬਕਰੀ ਨੰਗਣ ਤੋਂ ਬਾਅਦ ਪਤਾ ਲੱਗਿਆ ਵੀਰੇ ਅੱਛਾ ਹਾਂ ਵੀ ਆ ਚੀਜ਼ ਆ ਆ ਚੀਜ਼ ਆ ਤੁਹਾਨੂੰ ਦੱਸ ਦਿੰਦੇ ਸੀ ਇਹ ਨਹੀਂ ਤਿਆਰ ਕਰ ਰਹੇ ਸੀ ਅਸੀਂ ਤਾਂ ਇਹਨੂੰ ਸੇਲ ਵਾਸਤੇ ਵੀ ਮਤਲਬ ਲੈ ਗਏ ਸੀ ਅਸੀਂ ਉਦੋਂ ਮਾਨਸਾ ਦੀ ਮੰਡੀ ਲੱਗਦੀ ਸੀ ਉਦੋਂ ਬੱਚਾ ਤੇ ਉੱਥੇ ਲੈ ਗਏ ਤੇ ਉੱਥੇ ਸਾਨੂੰ ਬੱਚੇ ਦਾ ਵੀ 20000 ਰੁਪਏ ਦਿੰਦੇ ਸੀ ਇਸ ਦਾ ਮੈਂ ਆਖਾਂ ਵਾਹ ਆਪਾਂ ਵੇਚਣਾ ਨਹੀਂ ਹੈਗਾ ਉਦੋਂ ਬਸ ਅਸੀਂ ਮੋੜ ਲਏ ਸੀ ਠੀਕ ਹੈ ਭਾਈ ਇਹ ਤੂੰ ਖਰਾਕ ਦੇ ਨਾਲ ਨਾਲ ਫਿਰ ਤੁਸੀਂ ਹੋਰ ਕੀ ਚੀਜ਼ਾਂ ਦੇਣੋਗੇ ਦਵਾਈ ਵਗੈਰਾ ਜਾਂ ਕੁਝ ਦੇਣੇ ਹੋਗੇ ਦਵਾਈਆਂ ਦਿੰਨੇ ਆ ਵੀਰੇ ਕੀ ਚੀਜ਼ ਦੇਣੋਗੇ ਜਿਹਦੇ ਨਾਲ ਇਹ ਮਤਲਬ ਦਵਾਈਆਂ ਜਿਵੇਂ ਦਵਾਈਆਂ ਵੀਰੇ ਜਿਵੇਂ ਹੁਣ ਜੂਨਾ ਜਾਨਾ ਦੀ ਉਹ ਦੇ ਦਾਨਾ ਜੂਨਾ ਦੀ ਦਵਾਈ ਦੇ ਦਾਨਾ ਇਹਨੂੰ ਬਾਕੀ ਕੈਲਸ਼ੀਅਮ ਵਗੈਰਾ ਦੇ ਦਾਨਾ ਠੀਕ ਹੈ ਵੀ ਪੂਰੇ ਸ਼ੌਂਕ ਦੇ ਨਾਲ ਤਿਆਰ ਕੀਤਾ ਹੋਇਆ ਆ ਵੇ ਬੇ ਸ਼ੌਂਕ ਬੋਲਦਾ ਵੀ ਆ ਪੱਕਰਾ ਸੁਨੱਖਾ ਬਹੁਤਾ ਸਿੰਗਾ ਤੋਂ ਕੋਈ ਘਾਟ ਨਹੀਂ ਹੈਗੀ ਮੂੰਹ ਮੱਥੇ ਦੀ ਕੋਈ ਘਾਟ ਨਹੀਂ ਹੈਗੀ ਕੋਈ ਪੈਰਾਂ ਤੋਂ ਘਾਟ ਨਹੀਂ ਹੈਗੀ ਕੋਈ ਰਸੌਲੀ ਰੱਪਾ ਨਹੀਂ ਹੈਗਾ ਕੋਈ ਪਿੰਡੇ ਦੀ ਸ਼ਾਈਨਿੰਗ ਘਟ ਨਹੀਂ ਹੈਗੀ ਸਾਰਾ ਕੁਝ ਓਕੇ ਹੀ ਆਗਾ ਬੱਕਰੇ ਦਾ ਬੱਕਰੀ ਦੀ ਗੱਲ ਬਾਤ ਕਰੀਏ ਵੀ ਰੰਗ ਆ ਜਿਹੜਾ ਤੁਹਾਡੇ ਸਾਹਮਣੇ ਆ ਵੀ ਆ ਇਹ ਬੱਕਰੀ ਕੇ ਇਸ ਤਰ੍ਹਾਂ ਦੀ ਰਹੀ ਹੈਗੀ ਬੱਕਰੀ ਵੀਰੇ ਬਹੁਤ ਵਧੀਆ ਇਹਦਾ ਬੱਕਰੀ ਮਤਲਬ ਜਿਸ ਤਰ੍ਹਾਂ ਦਾ ਬੋਕ ਆਪਾਂ ਛੜਦੇ ਆ ਉਹ ਜੇ ਬੱਚੇ ਲੈ ਜਾਂਦੀ ਹੈ ਬੱਕਰੀ ਤਾਂ ਦੇਖਣ ਆਪਦਾ ਕੱਦ ਵਿਚਾਰੀ ਦਾ ਜਿਹੇ ਜਿਹੇ ਘਟਾ ਗਿਆ ਇਹਦਾ ਪਰ ਬੱਚੇ ਬਹੁਤ ਟੌਪ ਦੇ ਆਉਂਦੇ ਨੇ ਠੀਕ ਹੈ ਬਾ ਬੱਚੇ ਲੈ ਲੈਉਣਗੇ ਫਿਰ ਹਾਂਜੀ ਬੱਚੇ ਵਧੀਆ ਦੇਤੇ ਨੇ ਤੁਸੀਂ ਕਿਵੇਂ ਲਈ ਸੀ ਆਪਾਂ ਨੇ ਲਈ ਸੀ ਵੀਰੇ ਦੋ ਬੱਚੇ ਤੇ ਮੰਗਰਾ ਅੱਛਾ ਹਾਂ ਦੋ ਬੱਚੇ ਤੇ ਮੰਗ ਰਹੇ ਇਹ ਉਦੋਂ ਦੂਸਰਾ ਸੂਆ ਸੀ ਇਹਦਾ ਜਿਹਦੋਂ ਲਈ ਸੀ ਆਪਾਂ ਨੇ ਠੀਕ ਹੈ ਹਾਂ 27000 ਦੀ ਖਰੀਦੀ ਦੀ ਆਪਾਂ ਨੇ ਉਦੋਂ ਠੀਕ ਹੈ ਹਾਂ ਫਿਰ ਇਹਨੇ ਨਗੀਨੇ ਹੀ ਕੱਢੇ ਨੇ ਛੋਟੂ ਨਗੀਨੇ ਇੱਥੇ ਨੇ ਹਾਂ ਠੀਕ ਹੈ ਤੇ ਉਹ ਬੱਕਰਾ ਉਹ ਬੱਕਰਾ ਸੇਲ ਵਾਸਤੇ ਵੀਰੇ ਠੀਕ ਹੈ ਦੋ ਦੰਦ ਹੋਏ ਹਲੇ ਹੁਣੀ ਚੱਕੀ ਨੇ ਦੰਦ ਉਹਨੇ ਕੱਲ ਪਰਸੋਂ ਹੀ ਭੰਨੇ ਨੇ ਦੰਦ ਉਹਨੇ ਠੀਕ ਹੈ ਕੀ ਮੰਗਦੇ ਆਂ ਫਿਰ ਮੰਗਦਾ ਤਾਂ 22000 ਰੁਪਏ ਵੀਰੇ 22000 ਰੁਪਏ ਬਾਜਨ ਕਿੰਨਾ ਹੋ ਸਕਦਾ ਬਾਜਨ ਉਹਦੇ ਵਿੱਚ ਹੋਊਗਾ 60 ਕਿਲੋ 60 ਕਿਲੋ ਹਾਂ ਵੀ ਕਿੱਲ ਹਾਂ ਵੀਰੇ ਠੀਕ ਪੱਕਰਾ ਉਹ ਵੀ ਸੋਨਾ ਨਾ ਹਾਂ ਓਕੇ ਲੈ ਵੀ ਸਾਰੇ ਜਾਨਵਰ ਤਕਰੀਬਨ ਸੋਨੇ ਨੇਗੇ ਇਹ ਵਪਾਰ ਕਿਵੇਂ ਚੱਲ ਰਿਹਾ ਹੈਗਾ ਤੁਹਾਡਾ ਜਿਆਦਾ ਖਸੀ ਬੱਕਰਿਆਂ ਦਾ ਕਰਦੇ ਜਾਂ ਬੱਕਰੀ ਲੈਣੀ ਹੈ ਵੀਰੇ ਜਿਆਦਾ ਤਾਂ ਅੱਛਾ ਇਹ ਫਿਰ ਹਰ ਸਾਲ ਤਿਆਰ ਕਰਕੇ ਵੇਚਦੇ ਜਾਂ ਕਿਵੇਂ ਹਾਂ ਦੋ ਪਸ਼ੂ ਦਾ ਘਰ ਦੇ ਤਿਆਰ ਕਰਨੀ ਕਰਨੇ ਨੇ ਆਪਾਂ ਨੇ ਇੱਕ ਸੇਲ ਕਰਤਾ ਪਹਿਲਾਂ ਆਪਾਂ ਨੇ ਇਹਦੇ ਨਾਲ ਦੀ ਬੱਕਰਾ ਤੇ ਠੀਕ ਹੈ ਹਾਂ ਲਾਲ ਡੱਬਾ ਬੱਕਰਾ ਤੇ ਉਹ ਸੇਲ ਕਰਤਾ ਆਪਾਂ ਨੇ ਠੀਕ ਹੈ ਤੇ ਇਹ ਇਹ ਪੱਠਾ ਇਹ ਪੱਠ ਵੀ ਇਸੇ ਬੱਕਰੀ ਦੀ ਹੈ ਜੀ ਇਸੇ ਬੱਕਰੀ ਦੀ ਇੱਕ ਥੀਰੀ ਹੈ ਜੀ ਹਲਣ 9-10 ਮਹੀਨੇ ਉਮਰ ਹੈ ਜੀ ਇਹਦੀ 9 ਤੋਂ 10 ਮਹੀਨੇ ਉਮਰ ਹਾਂਜੀ ਕੱਦ ਹੋਊਗਾ ਹੁਣੀ ਆ ਨਾ 33 ਇੰਚ ਹਾਂਜੀ ਠੀਕ ਕੀ ਮੰਗਦਾ ਫਿਰ ਨਹੀਂ ਇਹ ਤਾਂ ਨਹੀਂ ਵੇਚਣੀ ਵੀਰੇ ਆਪਾਂ ਨੇ ਇਹ ਤਾਂ ਘਰ ਰੱਖੀ ਹੈਗੀ ਅੱਛਾ ਹਾਂ ਠੀਕ ਹੈ ਨਾਲ-ਨਾਲ ਫਿਰ ਮੱਜਾਂ ਰੱਖ ਦਵਾਂ ਨਾਲ-ਨਾਲ ਮੱਜਾਂ ਲੈ ਬਈ ਆ ਬੱਕਰੇ ਨੂੰ ਦੇਖ ਲਓ ਤੁਹਾਨੂੰ ਦੁਬਾਰੇ ਵੀ ਆਪਾਂ ਇਹਦੇ ਸ਼ਾਟਾਂ ਦੇ ਵਿੱਚ ਦੇਖ ਹੀ ਰਹੋਗੇ ਕੋਈ ਚੰਗਾ ਰਿਕਾਰਡ ਰਿਆਗਾ ਪਾਜਨ ਤਾਂ ਇਹਦਾ ਹੋਰ ਖਾਸੀਅਤ ਬੈਠਣ ਦੀ ਅੱਛਾ ਏਦਾਂ ਮਤਲਬ ਬੈਠਣ ਦਾ ਤਰੀਕਾ ਇਹਦਾ ਹੋਰ ਹੈ ਜੀ ਕਿਵੇਂ ਜਿਵੇਂ ਮਤਲਬ ਇਹ ਨੀਤ ਬੰਨ ਕੇ ਵੰਦਾ ਜੀ ਦੋਨੇ ਜਿਵੇਂ ਆਪਾਂ ਹੱਥ ਜੋੜ ਕੇ ਮੱਥਾ ਟੇਕਦੇ ਆ ਉਸ ਲੋਟ ਇਹੀ ਦੋਨੇ ਐਵੇਂ ਮੂਹਰੇ ਲੱਤਾਂ ਜੋੜ ਕੇ ਵੰਦਾ ਜੀ ਉਹ ਕਦੇ ਕਦੇ ਕਰਦਾ ਕਦੇ ਕਦੇ ਨਹੀਂ ਜੀ ਇਹ ਤਾਂ ਬੈਠਣ ਦਾ ਤਰੀਕਾ ਹੀ ਉਹੀ ਹੈ ਜੀ ਅੱਛਾ ਜੀ ਜਦੋਂ ਬੈਠਦਾ ਤਾਂ ਹਾਂ ਜੀ ਹਾਂ ਜੀ ਵੀ ਬਾਕੀ ਵਸਾਈ ਬੈਠੇ ਹਾਂ ਠੀਕ ਹੈ ਹਾਂ ਜੀ ਕਹਿੰਤ ਪਾਉ ਜਿਸ ਤਰ੍ਹਾਂ ਗੇ ਨਮਾਜ਼ ਪੜ੍ਹਨ ਵੇਲੇ ਹੁੰਦੇ ਬੈਹਿਣਾ ਹਾਂ ਜੀ ਅੱਛਾ ਠੀਕ ਹੈ ਸਭ ਦੀ ਮਾਲਕ ਦੀ ਕਿਰਪਾ ਹੈ ਜੀ ਅੱਛਾ ਹਾਂ ਠੀਕ ਹੈ ਬੱਚਾ ਬਹੁਤ ਸੋਹਣਾ ਹੈ ਵਿੱਚ ਪਤਾ ਕੀ ਹੈ ਵੀਰੇ ਵਿੱਚ ਹੁਣ ਹੋਰ ਵੀ ਕਹਿੰਦੇ ਨੇ ਅਗਲਾ ਕਹਿੰਦਾ ਉਹੀ ਮਾਰੀ ਜਾਂਦੇ ਨੇ ਯਾਰ ਕਿੱਥੇ ਲਿਖਿਆ ਇਹ ਤੇ ਕੀ ਲਿਖਿਆ ਯਾਰ ਅਸੀਂ ਪ੍ਰੂਫ ਕਰਨ ਨੂੰ ਤਿਆਰ ਆਂ ਜੀ ਕੋਈ ਮਰਜ਼ੀ ਜਿੰਨਾ ਮਰਜ਼ੀ ਪੜਿਆ ਹੋਇਆ ਬੰਦਾ ਲੈ ਕੇ ਆਵੇ ਜੀ ਅਸੀਂ ਦਿਖਾਉਣ ਨੂੰ ਤਿਆਰ ਆਂ ਜੀ ਪੱਕੀ ਗੱਲ ਪੱਕੀ ਗੱਲ ਹੈ ਜਮਾ ਕਮੈਂਟਾਂ ਦੇ ਵਿੱਚ ਵੀ ਲੋਕ ਕਹਿੰਦੇ ਨੇ ਵੀ ਉਹੀ ਬੋਲੀ ਜਾਂਦੇ ਨੇ ਉਹੀ ਬੋਲਣ ਵਾਲੇ ਗਾ ਨੇ ਵੀਰੇ ਆਪਣਾ ਚੈਨਲ ਜਗਾ ਜਿਹੜੇ ਮਰਜ਼ੀ ਜਿੰਨੇ ਮਰਜ਼ੀ ਪੜੇ ਹੋਏ ਬੰਦੇ ਨੂੰ ਹਾਜੀ ਨੂੰ ਲਿਆ ਉਹਨਾਂ ਕੋਈ ਦਿੱਕਤ ਨਹੀਂ ਹੈਗੀ ਆਪਾਂ ਨੂੰ ਵੀ ਜਮਾ ਪ੍ਰੂਫ ਆ ਤੁਸੀਂ ਇੱਕ ਗੱਲ ਨੋਟ ਕਰੋ ਜੀ ਵੀ ਇਹਦੇ ਦੇਖੋ ਲਿਖਿਆ ਵੀ ਰੱਬ ਦਾ ਨਾਮ ਇੱਥੇ ਹੋਇਆ ਵੀ ਇੱਥੇ ਨਾ ਕੋਈ ਬਾਥਰੂਮ ਦਾ ਸਿੱਟਾ ਲੱਗਦਾ ਜੀ ਨਾ ਕੋਈ ਇਹਦੇ ਮਿੰਗਣ ਮਸਾਬ ਕੁਝ ਨਹੀਂ ਲੱਗਦਾ ਜੀ ਵੀਰੇ ਠੀਕ ਹੈ ਲੈਸਨ ਨੂੰ ਬਾਈ ਸਾਰਾ ਫਾਰਮੂਲਾ ਦਿੱਤਾ ਨਾਲ ਇਹ ਵੀ ਦੱਸਤਾ ਬਾਈ ਇਹਦੀ ਇਹ ਚੀਜ਼ਾਂ ਲਿਖੀਆਂ ਹੋਈਆਂ ਨੇ 5 ਲੱਖ ਰੁਪਏ ਕਿੰਨੇ ਤੁਸੀਂ 5 ਲੱਖ ਰੁਪਏ ਪਿਛਲੀ ਵਾਰ ਲੱਗਿਆ ਸੀ ਜੀ ਪਿਛਲੀ ਵਾਰ ਸਾਲ ਪਹਿਲਾਂ ਸਾਲ ਪਹਿਲਾਂ ਹੁਣ ਵੀ ਲੱਗੇ ਜੀ ਬੇਤ ਜੀ ਹੁਣ ਵੀ ਲੱਗੇ ਕਿੰਨੇ ਹਾਂਜੀ ਤੁਸੀਂ ਕੀ ਮੰਗਦੇ ਹੋਗੇ ਫਿਰ ਮੰਗ ਕੁਝ ਨਹੀਂ ਸਕਦੇ ਆਪਾਂ ਕੁਝ ਨਹੀਂ ਮੰਗਦੇ ਜੀ ਇਹਦੇ ਕੋਈ ਨਾ ਜੀ ਇਹਦਾ ਕੋਈ ਕੀਮਤ ਨਹੀਂ ਦੇਣੀ ਇਹਦਾ ਕੋਈ ਚਾਹਣ ਵਾਲਾ ਅੱਲਾ ਨੂੰ ਚਾਹਣ ਵਾਲਾ ਲਾਊਗਾ ਜੀ ਇਹਨੂੰ ਠੀਕ ਹੈ ਪੈਸੇ ਆਪ ਹੀ ਲਾਈ ਜਾਂਦੇ ਨੇ ਪੈਸੇ ਆਪ ਹੀ ਲਾਈ ਜਾਂਦੇ ਨੇ ਕੋਈ ਕੀਮਤ ਹੀ ਨਹੀਂ ਦੇ ਸਕਦਾ ਜੀ ਦੇਣੀ ਹੀ ਦੇ ਸਕਦਾ ਜੀ ਇਹਦਾ ਕੋਈ ਕੀ ਆ ਬਾਤ ਆ ਬੱਕਰੇ ਦਾ ਵਜਨ ਕੌਂਟਲ ਦੇ ਕਰੀਬ ਉਹ ਬਾਕੀ ਵਧੀਆ ਤਿਆਰ ਕਰਿਆ ਹੋਇਆ ਬਾਈ ਆ ਚੀਜ਼ ਸਿੱਖ ਲਓ ਬਾਈ ਜੇ ਕਿਸੇ ਨੇ ਤਿਆਰ ਵੀ ਕਰਨਾ ਨਾ ਬਾਈ ਸਹੀ ਸਹੀ ਦੱਸਿਆ ਨਾ ਵੀ ਐਵੇਂ ਤਿਆਰ ਕੀਤਾ ਹਾਂ ਹਾਂਜੀ 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 ਸੰਨੀ ਜੀ ਤਿਆਰ ਕਰਨਾ ਨਾ ਨਾ ਠੀਕ ਆ ਆਸਨੀ ਆਪਣੀ ਆ ਹੀ ਢੂੜੀ ਹਾਂਜੀ 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 ਢੂੜੀ ਗਿੱਲੀ ਕਰਕੇ ਪਾਈਦਾ ਗਿੱਲੀ ਕਰਕੇ ਖਲਦੀ ਸੰਨੇੜ ਲਾਉਣਾ ਜੀ ਬੜੇ ਮੈਂ ਦੀ ਖਲਦੀ ਠੀਕ ਹੈ ਹਾਂਜੀ ਖਰਚਾ ਫਿਰ ਤਾਂ ਘਟ ਜਾਂਦਾਊਗਾ ਇਹਦੇ ਨਾਲ ਤਾਂ ਬੀਜੇ ਹੋਰ ਗੁਬਾਰੇ ਦਾ ਨੀਰਾ ਪਾਉਣਾ ਨਾ ਨਾ ਜੀ ਗਮਾਰੇ ਗਮੂਰੇ ਦਾ ਹੋਰ ਆਪਾਂ ਕੁਝ ਨਹੀਂ ਪਾਈ ਜੀ ਕੋਈ ਫੀਡ ਨਹੀਂ ਪਾਈ ਜੀ ਕਦੇ ਆਪਾਂ ਨੇ ਅੱਛਾ ਹਾਂਜੀ ਕਿਹੜੀ ਕਿਹੜੀ ਚੀਜ਼ਾਂ ਪਾਈਆਂ ਸੀ ਬਸ ਆਪਾਂ ਦਾ ਸੰਨੀ ਦੇ ਉੱਤੇ ਦਾਣਾ ਆਪਣਾ ਸਿੰਪਲ ਦਾਣਾ ਜੀ ਕਣਕ ਦਾ ਅੱਛਾ ਹਾਂਜੀ ਉਹਦੇ ਨਾਲ ਹੀ ਚੱਲ ਗਿਆ ਠੀਕ ਹੈ ਉਹਦੇ ਨਾਲ ਪਿੰਡਾ ਤਾਂ ਨਹੀਂ ਰੁੱਖਾ ਹੋਇਆ ਨਾ ਨਾ ਜੀ ਕੋਈ ਰੁੱਖਾ ਨਹੀਂ ਹੋਇਆ ਜੀ ਥੋ ਲੈ ਜਿਆਦਾਤਰ ਫਿਰ ਖੱਸੀ ਬੱਕਰੇ ਹੀ ਤਿਆਰ ਕਰਦੇ ਆਂ ਬਈ ਹਾਂਜੀ ਆ ਵੀ ਖੱਸੀ ਬੱਕਰਾ ਬਈ ਹਾਂਜੀ ਇਹ ਵੀ ਬਹੁਤ ਵਧੀਆ ਤਿਆਰ ਹੋਣ ਵਾਲਾ ਮੈਨੂੰ ਲੱਗਦਾ ਨਾ ਕਿੰਨੇ ਕਦਾਂ ਦੋਗਾ ਇਹ 4 ਦਿਨ ਦਾ ਹੋ ਗਿਆ ਜੀ 4 ਦਿਨ ਦਾ ਹਾਂਜੀ ਲੈ ਜੀ ਨੂੰ ਸ਼ੌਂਕ ਹੁੰਦਾ ਬੱਕਰੇ ਤਿਆਰ ਕਰਨ ਦਾ ਉਹ ਤਿਆਰ ਕਰ ਹੀ ਲੈਂਦੇ ਨੇਗੇ ਇਹਨੇ ਵੀ ਬਹੁਤ ਵਧੀਆ ਤਿਆਰ ਹੋਣਾ ਥੋੜਾ ਮੈਨੂੰ ਲੱਗਦਾ ਕੱਦ 'ਚ ਘਾਟ ਰਹੀ ਹੈ ਨਾ ਕੱਦ 'ਚ ਘਾਟ ਰਹੀ ਜੀ ਪਹਿਲਾਂ ਇਹ ਮਤਲਬ ਸ਼ਾਮਚ ਨਹੀਂ ਆਇਆ ਹੈ ਜੀ ਬੱਕਰਾ ਜਿਹੜਾ ਪਹਿਲਾਂ ਜੀਤੋਂ ਖਰੀਦੇ ਆਪਾਂ ਨੇ ਅੱਛਾ ਹਾਂਜੀ ਵੀ ਉਹਨਾਂ ਨੂੰ ਸ਼ਾਮ ਨਹੀਂ ਹੋਈ ਸ਼ਾਮ ਨਹੀਂ ਹੋਈ ਉਹਨਾਂ ਹੈਗਾ ਬਹੁਤ ਚੰਗਾ ਸੁਨੱਖਾ ਬਹੁਤਾਂ ਬੱਕ ਇਹ ਵੀ ਬਕਾਊ ਹੈਗਾ ਵਜ਼ਨ ਕਿੰਨਾ ਹੋ ਸਕਦਾ ਇਹਦਾ ਬਾਈ ਵਜ਼ਨ ਇਹਦਾ ਹੋ 55 ਕਿਲੋ ਜੀ 55 ਕਿਜੀ ਹਾਂਜੀ 55 ਕਿਲੋ ਦੇ ਕਰੀਬ-ਕਰੀਬ ਵਜ਼ਨ ਹੋਊਗਾ ਹਾਂਜੀ ਤੁਹਾਡੇ ਸਾਹਮਣੇ ਹੈਗਾ ਠੀਕ ਹੈ ਬਾਈ ਜੀ ਹੈ ਬਹੁਤ ਧੰਨਵਾਦ ਪਿੰਡਾ ਬਣਾਏ ਇਸਨਾਮ ਤੋਂ ਕਿੰਨਾ ਪੈ ਜਾਂਦਾਗਾ ਸਨਾਮ ਤੋਂ ਆਪਣਾ ਸਹੀ 6 ਕਿਲੋਮੀਟਰ ਪਿੰਡ ਪੈਂਦਾ ਵੀਰੇ ਆਪਣਾ ਠੀਕ ਹੈ ਹਾਂਜੀ 6 ਕਿਲੋਮੀਟਰ ਪੈਂਦਾ ਬਾਈ ਸਨਾਮ ਤੋਂ ਤੇ ਨੰਬਰ ਵੀ ਦੱਸੋ ਇੱਕ ਵਾਰ ਸਕਰੀਨ ਤੇ ਵੀ ਦੇ ਰਹਿਆਂਗੇ ਆਪਾਂ ਨੰਬਰ ਆਪਣਾ ਵੀਰੇ ਹੈਗਾ 8054301676 ਇਹਤੇ ਸੰਪਰਕ ਕਰ ਸਕਦੇ ਹੋਗੇ ਹਾਂਜੀ ਗੱਲਬਾਤ ਕਰ ਸਕਦੇ ਹੋ ਬਾਈਆਂ ਕੋਲ ਤੱਕ ਕਿਉਂਕਿ ਜਾਨ ਬਰਾਉਂਦੇ ਜਾਂਦੀ ਰਹਿੰਦੇ ਨੇ ਬੱਕਰੀ ਕੀ ਮੱਝਾਂ ਵੀ ਮੱਝਾਂ ਵੀ ਹੈਨਾ ਸਾਰਾ ਕੁਝ ਆਉਂਦਾ ਜਾਂਦਾ ਰਹਿੰਦਾ ਠੀਕ ਹੈ ਬਾਈਆਂ ਧੰਨਵਾਦ ਠੀਕ ਜੋ ਧੰਨਵਾਦ ਵੀਰੇ ਚੰਗਾ ਬਾਈ ਸ਼ੁਕਰੀਆ